Assalamu alaikum wa rahmatullahi wa barakatuhu. Kya haal hai ji? Thik thak ho? I hope sab thik thak ho. So, tusan dekh rahe ho mera YouTube channel Rais Khan 786. Aaj na janab ko vlog is tarah hai ke aaj asan volleyball khedna hai apne ground ch par bada tagda muqabla team A te team B ne darmiyan. ਚੱਲਾਂਗੇ ਆਸਤਾ ਆਸਤਾ ਜਨਾਬ ਇਨਸਾਈਡ. ਮੌਸਮ ਅੱਜ ਬਹੁਤ ਹੀ ਜ਼ਬਰਦਸਤ ਹੈ, ਠੰਡ ਹੈ ਪਰ ਨਾਲ ਨਾਲ ਧੁੱਪ ਵੀ ਬੜੀ ਜ਼ਬਰਦਸਤ ਹੈ. ਸੋ ਇਸ ਵਲੋਗ ਹੀ ਜਨਾਬ ਐਂਡ ਤੱਕ ਜ਼ਰੂਰ ਦੇਖੇ, ਸ਼ੇਅਰ ਵਿਦ ਦਾ ਫੈਮਿਲੀ ਐਂਡ ਫਰੈਂਡਸ. ਅਤੇ ਚਲੋ ਅੰਦਰ ਚੱਲਦੇ ਹਾਂ ਤਾਂ ਫਿਰ ਨਿਜ਼ਾਮ ਦੱਸ ਰਹੇ ਕਿ ਅਗਲਾ ਨਿਜ਼ਾਮ ਕੀ ਹੈ. ਇੱਕ ਗੱਡੀ ਇੱਧਰ ਖਲਤੀ ਹੈ ਸਾਨੀ ਜਨਾਬ, ਦੋ ਗੱਡੀਆਂ ਉੱਧਰ ਖਲਤੀਆਂ. ਹੁਣ ਚੱਲਦੇ ਹਾਂ ਅੰਦਰ ਅਤੇ ਫਿਰ ਦੇਖਦੇ ਹਾਂ ਕਿ ਕੀ ਕੁਝ ਹੋ ਰਿਹਾ ਅੰਦਰ. ਜਨਾਬ ਜਵਾਨ ਜਿਹੜੇ ਨੇਗੇ ਉਹ ਅਜੇ ਉਹਨਾਂ ਰੱਸੀਆਂ ਸੱਸੀਆਂ ਬਾਹਰ ਰਹੀਆਂ, ਰੱਸੀਆਂ ਸੱਸੀਆਂ ਪੈ ਰਹੀਆਂ ਜਨਾਬ. ਆਪਣੇ ਕੈਪਟਨ ਸਾਹਿਬ ਆ ਗਏ ਉੱਧਰ, ਭਾਈ ਵੀ ਜਨਾਬ. ਹਾਏ ਹਾਏ ਜਨਾਬ, ਅਸਾਂ ਨੈੱਟ ਲੱਗ ਗਿਆ. ਅਸਾਂ ਤਰੇ ਬੰਦੇ ਹੀ ਹਾਂ ਫਿਲਹਾਲ, ਆਸਤਾ ਆਸਤਾ ਆ ਰਹੇ ਨੇ ਬੰਦੇ. ਦੇਖਦੇ ਹਾਂ ਫਿਰ ਅੱਜ ਕੇ ਰੌਲਾ ਹੋਣਾ. ਅੱਜ ਬੜਾ ਟਾਕਰੇ ਨਾਲ ਟਾਕਰਾ ਹੋ ਰਿਹਾ ਅੱਜ ਬੜਾ ਜੋਸ਼ ਖਰੋਸ਼ ਨਾਲ ਕੰਮ ਹੋਵੇਗਾ. ਜਨਾਬ ਕੜਾਈਆਂ ਛੜਾਈਆਂ ਪੱਕ ਰਹੀਆਂ. ਸਲਾਮ ਅਲੈਕੁਮ ਚਾਚਾ, ਕੀ ਹਾਲ ਹੈ? ਠੀਕ ਠਾਕ ਹੋ ਕੇ ਪੱਕ ਰਿਹਾ? ਜਨਾਬ ਖਾਣੇ ਪੀਣੇ ਤੇ ਇੱਥੇ ਹਾਂਜੀ 4 ਕਿਲੋ 200 ਹਾਂਜੀ ਤਰਫ ਹੋ ਗਿਆ. ਹੁਣ ਜਾ ਰਹੇ ਹਾਂ ਆਸਤਾ ਆਸਤਾ. 4 ਕਿਲੋ ਆਰਡਰ ਕੀਤੇ ਨੇ ਹਾਂਜੀ ਹਾਂਜੀ. ਫਿੰਗਰ ਫਿਸ਼ ਨਹੀਂ ਚਾਰ ਕਿਲੋ ਤਾਂ ਲਾਮ ਹੋ ਗਿਆ ਨਾ, ਤੇ ਉਹਨੇ ਹੋਰ ਨਾਲ ਕਹਿ ਦੱਸੀ ਹੈ ਮਸਾਲਾ ਫਿਸ਼ ਤੂੰ ਪੁੱਛ ਨਾ. ਜਨਾਬ ਸਾਲਨ ਸ਼ਾਲਾ ਡਾ ਗਿਆ ਉਧਰ, ਜਨਾਬ ਲੋਡ ਵੀ ਹੋ ਗਈ ਗੱਡੀਆਂ. ਜਨਾਬ ਖਾਣਾ ਸਨ ਆ ਗਿਆ. ਬੋਲੀ ਸਾਹਿਬ ਇਹ 2 ਕਿਲੋ ਹੈ 4 ਕਿਲੋ ਉਧਰੋਂ ਅਜੇ ਪਲੇਟਾਂ ਨਹੀਂ ਆਈਆਂ ਜੈਸਾ ਜੀ ਠੀਕ ਹੈ. ਇਤਨਾ ਮਾਲ ਪਿਆ ਖਾਈ ਆਓ. ਜਨਾਬ 2 ਕਿਲੋ ਗੋਸ਼ ਇਸ ਪਾਸੇ ਸੀ ਅਤੇ 2 ਕਿਲੋ ਉਸ ਪਾਸੇ ਸੀ ਅਤੇ ਮੁੱਕ ਗਿਆ ਮਾਸ਼ਾ ਅੱਲਾਹ. ਹਾਂਜੀ ਭਾਈ ਮਜ਼ਾ ਆਇਆ? ਹੁਣ ਲੌਂਗ ਟਾਈਮ ਹੋ ਗਿਆ, ਹੁਣ ਹੋਰ ਬੇਸ਼ਮਾਰ ਬੇਸ਼ਮਾਰ ਉਹਨੇ ਕੋ ਨਵੇਂ 2 ਚੱਲੇ ਨੇ
जनाब असा खाना शाना खा रहे हैं। थोड़ा खाना इतना ओवरलोड हो गया माशाल्लाह, बड़ा जबरदस्त बने हूँ। जरा आस्ता आस्ता वॉक करांगे, कुछ बंदे ने चाय पियांगे। मौलवी साहब तुसा ना क्या दिल है? इंग्लैंड में रह के भी लोग ना हम डिसाइड हो रहा कि पिया के है जी, चाय पानी ता अंदर कप केक कड़क चाय आ कड़क चाय कोई बंदा किसे नहीं मिलता पूरा पीना। जनाब हुन असा चाय ऑर्डर कीती है, कैसी है जी चाय? कड़क चाय है, कैसी है? नाइस है, पसंद आ गई है। हां मौलवी साहब नाल दा इधर गार्डर केक भी चलन लगे हैं। जुत्ती उपर शलवार उस तो उपर जनाब स्वेटर जुत्ती छाप तक बड़ी गल है जनाब। ਸਾਰੇ ਅੱਜ ਕੋਈ ਸਪੈਸ਼ਲ ਡੇ ਸੀ? ਵਿਆਹ ਜੀ ਯਾਰਾਂ ਦੋਸਤਾਂ ਨਾਲ ਬੈਠੇ ਆ, ਯਾਰਾਂ ਦੋਸਤਾਂ ਨਾਲ ਗੱਪਸ਼ਪ ਲਾਈ ਆ। ਅੱਛਾ ਤੇ ਇਹ ਜੇ ਫਿਰ ਇੱਕ ਵਾਰ ਛੁਲਾ ਮਾਰਦੇ ਨੂੰ ਜਾਣੇ ਨਹੀਂ ਜੀ, ਉਹ ਪੇ ਜਾਂਦੇ ਨੇ। ਇੱਕੋ ਤਾਂ ਗਏ ਸਨ ਪਿਛਲੀ ਦਫਾ ਨੂੰ ਕਾਸਲ ਅਸੀਂ ਉਹ ਤੇ ਬੰਦ ਕਰ ਗਏ ਸਨ। ਜਨਾਬ ਗੋਲਾਬਾਰੀ ਸ਼ੁਰੂ ਹੋ ਗਈ ਆ, ਮਾਸ਼ਾਅੱਲਾ ਇੱਥੇ ਆਏ ਆ, ਸਾਡੀ ਖੁਸ਼ੀ ਵਿੱਚ ਪਟਾਕੇ ਵੀ ਚੱਲ ਰਹੇ ਨੇ। ਮੇਰੇ ਸ਼ਾਬਾਸ਼ ਹੈ ਏ ਜਵਾਨੋ। नहीं वह गड्डी नहीं, रजिस्ट्रेशन जड़ी जिस जी मैं छोड़ दी है ना। मन भाई ना अपने मौलवी साहब खड़ावना ना लाते हैं ना माशाल्लाह। जनाब नवीद साहब भी आ बैठे। सो जनाब हूँ वापस स्टॉकटन जा रहे हैं अपने मुल्क च। माशाल्लाह खाना बड़ा जबरदस्त सी, चार किलो असा लाम ऑर्डर किते सी ते नाल चटनी सी जनाब, नाल तंदूरे दियां रोटियां सन, बड़ा जबरदस्त माहौल माशरा सी। नाल जनाब कड़क चाह चली है, गार्डर केक चले नाल और इस तू बाद जनाब केक सन, सब बड़ा इंजॉय किया जनाब। सो हूँ इजाजत चाहें इंशाल्लाह नेक्स्ट ब्लॉग फिर मिलोंगे तुसा नाल। अल्लाह हाफिज।